Good morning, Sasrikal, Namaste. Myself, Dr. Vineet Sehgal, Senior Neurophysician at Amandeep Medicity, Amritsar. ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਨਿਊਰੋਲੋਜੀਕਲ ਡਿਸਆਰਡਰਸ ਯਾਨੀ ਕਿ ਦਿਮਾਗ ਦੀ ਬਿਮਾਰੀ ਦੇ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ ਤਾਂ ਉਸਦੀ ਜਾਗਰੂਕਤਾ ਨੂੰ ਵਧਾਉਣ ਲਈ ਅਸੀਂ ਇੱਕ ਮੁਹਿੰਮ ਛੇੜੀ ਹੈ ਜਿਸ ਵਿੱਚ ਅਸੀਂ ਸੀਰੀਜ਼ ਆਫ ਲੈਕਚਰਸ ਦੇਵਾਂਗੇ ਡਿਫਰੈਂਟ ਡਿਫਰੈਂਟ ਦਿਮਾਗ ਦੀ ਬਿਮਾਰੀਆਂ ਬਾਰੇ ਇਸ ਵਿੱਚ ਅਸੀਂ ਡਿਫਰੈਂਟ ਡਿਫਰੈਂਟ ਦਿਮਾਗ ਦੀ ਬਿਮਾਰੀਆਂ ਕਵਰ ਕਰਾਂਗੇ ਜਿਵੇਂ ਕਿ ਐਪੀਲੈਪਸੀ ਮਿਰਗੀ ਅਧਰੰਗ ਚੱਕਰ ਆਉਣਾ ਸਰਵਾਈਕਲ ਸਪੋਂਡਲਾਈਸਿਸ ਪਾਰਕਿਸਨ ਦੀ ਡਿਜ਼ੀਜ਼ ਯਾਦਾਸ਼ਤ ਦੀ ਬਿਮਾਰੀ ਜਿਹਨੂੰ ਕਿ ਡਿਮੈਂਸ਼ੀਆ ਬੋਲਦੇ ਹਾਂ ਸਭ ਤੋਂ ਪਹਿਲੇ ਅਸੀਂ ਜਿਹੜਾ ਸਾਡਾ ਪਹਿਲਾ ਲੈਕਚਰ ਹੋਏਗਾ ਉਹ ਹੋਏਗਾ ਐਪੀਲੈਪਸੀ ਜਾਂ ਜਿਹਨੂੰ ਕਿ ਅਸੀਂ ਮਿਰਗੀ ਬੋਲਦੇ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਸਾਲ ਫਰਵਰੀ ਦੇ ਦੂਜੇ ਸੋਮਵਾਰ ਨੂੰ ਅਸੀਂ ਵਰਲਡ ਮਿਰਗੀ ਡੇ ਵਰਲਡ ਐਪੀਲੈਪਸੀ ਡੇ ਮਨਾਇਆ ਜਾਂਦਾ ਹੈ ਤਾਂ ਇਸ ਲਈ ਅਸੀਂ ਸਟਾਰਟ ਅੱਜ ਅਸੀਂ ਐਪੀਲੈਪਸੀ ਤੋਂ ਕਰਾਂਗੇ ਜਿਹਨੂੰ ਕਿ ਮਿਰਗੀ ਕਹਿੰਦੇ ਹਾਂ ਸੋ ਫਰੀਕੁਐਂਟਲੀ ਆਸ ਕੁਐਸਚਨਸ ਕੀ ਹੈਗੇ ਆ ਸਭ ਤੋਂ ਪਹਿਲਾ ਕੁਐਸਚਨ ਹੈ ਕਿ ਵੱਟ ਇਜ਼ ਐਪੀਲੈਪਸੀ ਮਤਲਬ ਮਿਰਗੀ ਹੁੰਦੀ ਕੀ ਚੀਜ਼ ਹੈ ਮਿਰਗੀ ਇੱਕ ਬਿਮਾਰੀ ਹੈ ਜਿਸ ਵਿੱਚ ਬੰਦੇ ਨੂੰ ਵਾਰ ਵਾਰ ਦੌਰੇ ਪੈਂਦੇ ਨੇ ਸੋ ਬਾਏ ਡੈਫੀਨੇਸ਼ਨ ਜੇ ਕਿਸੇ ਬੰਦੇ ਨੂੰ ਦੋ ਜਾਂ ਦੋ ਤੋਂ ਜ਼ਿਆਦਾ ਅਨਪ੍ਰਵੋਕਡ ਸੀਜ਼ਰਸ ਹੋਣ ਤਾਂ ਉਹਨੂੰ ਅਸੀਂ ਮਿਰਗੀ ਕਹਿੰਦੇ ਹਾਂ ਕਈ ਵਾਰ ਅਸੀਂ ਇੱਕ ਦੌਰੇ ਤੋਂ ਬਾਅਦ ਵੀ ਕਿਸੇ ਨੂੰ ਮਿਰਗੀ ਡਿਕਲੇਅਰ ਕਰ ਦਿੰਦੇ ਹਾਂ ਜੇ ਉਹਦੇ ਦੂਜਾ ਦੌਰਾ ਪੈਣ ਦੇ ਚਾਂਸਿਸ 60% ਤੋਂ ਜ਼ਿਆਦਾ ਹੈ ਫਿਰ ਲੋਕ ਸੈਕਿੰਡ ਕੁਐਸਚਨ ਜਿਹੜਾ ਅਕਸਰ ਹੀ ਪੁੱਛਦੇ ਹੈ ਕਿ ਜਿਹਨੂੰ ਵੀ ਇੱਕ ਵਾਰ ਦੌਰਾ ਪੈ ਗਿਆ ਮਤਲਬ ਉਹਨੂੰ ਮਿਰਗੀ ਅਸੀਂ ਡਿਕਲੇਅਰ ਕਰ ਦਿੱਤੀ ਨਹੀਂ ਬਿਲਕੁਲ ਨਹੀਂ ਜਿਵੇਂ ਕਿ ਮੈਂ ਵਰਡ ਯੂਜ਼ ਕੀਤਾ ਅਨਪ੍ਰਵੋਕਡ ਪ੍ਰਵੋਕਡ ਮਤਲਬ ਜੋ ਜੇ ਸਪੋਜ਼ ਕਰੋ ਕਿਸੇ ਨੂੰ ਦੌਰਾ ਪੈਂਦਾ ਹੈ ਸ਼ੂਗਰ ਘਟਣ ਨਾਲ ਸੋਡੀਅਮ ਘਟਣ ਨਾਲ ਜਾਂ ਜ਼ਿਆਦਾ ਸ਼ਰਾਬ ਪੀਣ ਨਾਲ ਜਾਂ ਕੋਈ ਜ਼ਿਆਦਾ ਨਸ਼ੇ ਵਾਲੀ ਚੀਜ਼ਾਂ ਨਾਲ ਜਾਂ ਕਈ ਵਾਰ ਅਕਿਊਟ ਸਿਮਟੋਮੈਟਿਕ ਸੀਰੀਅਸ ਹੁੰਦੇ ਹੈ ਕਿ ਵਿਦਇਨ 7 ਡੇਜ਼ ਉਹ ਬ੍ਰੇਨ ਇਨਸਲਟ ਬ੍ਰੇਨ ਇੰਜਰੀ ਹੈਡ ਇੰਜਰੀ ਜਾਂ ਇਨਕੈਫਲਾਈਟਿਸ ਉਸ ਕੇਸ 'ਤੇ ਲੋਕਾਂ ਨੂੰ ਅਸੀਂ ਪ੍ਰਵੋਕਡ ਸੀਜ਼ਰਸ ਜਾਂ ਅਕਿਊਟ ਸਿਮਟੋਮੈਟਿਕ ਸੀਜ਼ਰਸ ਬੋਲਦੇ ਹਾਂ ਉਹਨਾਂ ਨੂੰ ਅਸੀਂ ਮਿਰਗੀ ਨਹੀਂ ਬੋਲਦੇ ਮਿਰਗੀ ਵਾਸਤੇ ਦੇਰ ਸ਼ੁੱਡ ਬੀ 2 or more ਅਨਪ੍ਰਵੋਕਡ ਸੀਜ਼ਰਸ ਸੋ ਫਿਰ ਆਪਣਾ ਨੈਕਸਟ ਕੁਐਸਚਨ ਲੋਕ ਪੁੱਛਦੇ ਆ ਕਿ ਡਾਕਟਰ ਸਾਹਿਬ ਇਹ ਦੌਰਾ ਪੈਂਦਾ ਹੀ ਕਿਉਂ ਹੈ ਦੇਖੋ ਬ੍ਰੇਨ ਦੇ ਵਿੱਚ ਇੱਕ ਸਰਕਟਸ ਹੁੰਦੇ ਆ ਉਸ ਸਰਕਟਸ ਵਿੱਚ ਜਦੋਂ ਐਕਸੈਸਿਵ ਸਪਾਰਕਿੰਗ ਹੁੰਦੀ ਹੈ ਤਾਂ ਕਰੰਟ ਪ੍ਰੋਡਿਊਸ ਹੋ ਜਾਂਦਾ ਜਿਹੜਾ ਬਾਹਰ ਦੌਰੇ ਦੀ ਤਰ੍ਹਾਂ ਮੈਨੀਫੈਸਟ ਕਰ ਜਾਂਦਾ ਅਗਲਾ ਕੁਐਸਚਨ ਲੋਕ ਅਕਸਰ ਹੀ ਪੁੱਛਦੇ ਆ ਡਾਕਟਰ ਸਾਹਿਬ ਵਟ ਆਰ ਡਿਫਰੈਂਟ ਟਾਈਪ ਆਫ ਸੀਜ਼ਰਸ ਮਤਲਬ ਦੌਰਿਆਂ ਕਿੰਨੇ ਪ੍ਰਕਾਰ ਦੇ ਹੁੰਦੇ ਸੋ ਬਰੋਡਲੀ ਦੇਖਿਆ ਜਾਏ ਤਾਂ ਦੌਰਿਆਂ ਦੇ ਦੋ ਪ੍ਰਕਾਰ ਹੁੰਦੇ ਵਨ ਇਜ਼ ਜਨਰਲਾਈ ਟੋਨਿਕ ਕਲੋਨਿਕ ਸੀਜ਼ਰ ਦੂਜਾ ਹੁੰਦਾ ਫੋਕਲ ਸੀਜ਼ਰ ਜਨਰਲਾਈ ਟੋਨਿਕ ਕਲੋਨਿਕ ਸੀਜ਼ਰ ਮਤਲਬ ਸਰੀਰ ਦੇ ਦੋਨੋਂ ਹਿੱਸੇ ਦੋਨੋਂ ਪਾਰਟ ਇਕੱਠੇ ਆਕੜ ਜਾਣ ਫਿਰ ਹਿੱਲਣੇ ਸ਼ੁਰੂ ਕਰ ਦੇਣ ਔਰ ਉਸ ਤੋਂ ਬਾਅਦ ਮਰੀਜ਼ ਬੇਹੋਸ਼ ਹੋ ਜਾਏ ਔਰ ਕਈ ਵਾਰ ਪੇਸ਼ੈਂਟਸ ਦੀ ਜੀਭ ਵੀ ਕੱਟੀ ਜਾਂਦੀ ਹੈ ਬਾਥਰੂਮ ਨਿਕਲ ਜਾਂਦਾ ਹੈ ਅੱਖਾਂ ਉੱਤੇ ਚੜ ਜਾਂਦੀਆਂ ਅਤੇ ਮੂੰਹ ਤੋਂ ਝੱਕ ਆਉਂਦੀ ਹੈ ਇਹਨੂੰ ਬੋਲਦੇ ਹਾਂ ਜਨਰਲਾਈ ਟੋਨਿਕ ਕਲੋਨਿਕ ਸੀਜ਼ਰ ਦੂਜਾ ਸੀਜ਼ਰ ਹੁੰਦੇ ਆ ਫੋਕਲ ਸੀਜ਼ਰ ਫੋਕਲ ਸੀਜ਼ਰ ਅੱਗੇ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਵਿੱਚ ਬੰਦਾ ਆਪਣੀ ਅਵੇਅਰਨੈਸ ਲੂਜ਼ ਕਰ ਜਾਂਦਾ ਜਿਹਨੂੰ ਕਹਿੰਦੇ ਫੋਕਲ ਸੀਜ਼ਰ ਵਿਦ ਲੋਸ ਆਫ ਅਵੇਅਰਨੈਸ ਜਿਹਨੂੰ ਪਹਿਲੇ ਕੰਪਲੈਕਸ ਪਾਰਸ਼ਲ ਸੀਜ਼ਰ ਬੋਲਦੇ ਸੀਗੇ ਇੱਕ ਹੁੰਦੇ ਪਲੇਨ ਸਿੰਪਲ ਫੋਕਲ ਸੀਜ਼ਰ ਜਿਹਦੇ ਵਿੱਚ ਬੰਦਾ ਆਪਣੀ ਅਵੇਅਰਨੈਸ ਲੂਜ਼ ਨਹੀਂ ਕਰਦਾ ਜਿਹਨੂੰ ਪਹਿਲੇ ਸਿੰਪਲ ਪਾਰਸ਼ਲ ਸੀਜ਼ਰ ਬੋਲਦੇ ਸੀਗੇ ਹੁਣ ਸਿੰਪਲ ਫੋਕਲ ਸੀਜ਼ਰ ਵਿੱਚ ਕੀ ਹੁੰਦਾ ਕਿ ਬੰਦਾ ਇੱਕ ਸਾਈਡ ਸਰੀਰ ਦਾ ਇੱਕ ਹਿੱਸਾ ਜਾਂ ਤਾਂ ਹਿੱਲਣਾ ਸ਼ੁਰੂ ਕਰ ਦਿੰਦਾ ਜਾਂ ਕੁਛ ਦੇਰ ਲਈ ਸੁੰਨ ਹੋ ਜਾਂਦਾ ਜਾਂ ਕਈ ਵਾਰ ਅੱਖਾਂ 'ਤੇ ਤਾਰੇ ਆ ਜਾਂਦੇ ਆ ਜਾਂ ਕਈ ਵਾਰ ਕੋਈ ਸਮੈਲ ਆ ਜਾਂਦੀ ਹੈ ਸੋ ਇਹ ਸੀਗੇ ਸਿੰਪਲ ਫੋਕਲ ਸੀਜ਼ਰ ਇਹਨਾਂ ਦੇ ਵਿੱਚ ਬੰਦਾ ਆਪਣੀ ਅਵੇਅਰਨੈਸ ਲੂਜ਼ ਨਹੀਂ ਹੁੰਦਾ ਬੇਸੁੱਧ ਨਹੀਂ ਹੁੰਦਾ ਇੱਕ ਹੁੰਦਾ ਫੋਕਲ ਸੀਜ਼ਰ ਵਿਦ ਲੋਸ ਆਫ ਅਵੇਅਰਨੈਸ ਇਹਦੇ ਵਿੱਚ ਬੰਦਾ ਬੇਸੁੱਧ ਹੋ ਜਾਂਦਾ ਗੁੰਮ ਹੋ ਜਾਂਦਾ ਇਹ ਸਟਾਰਟ ਹੁੰਦੇ ਆ ਬੰਦਾ ਉਹਨੂੰ ਸਭ ਤੋਂ ਪਹਿਲੇ ਕੁਛ ਅਨਪਲੈਜੈਂਟ ਜਿਸ ਫੀਲਿੰਗ ਜੀ ਆਉਂਦੀ ਹੈ ਐਂ ਲੱਗਦਾ ਪੇਟ ਨੂੰ ਕੁਛ ਚੀਜ਼ ਹੁੰਦੀ ਕਈ ਪੇਸ਼ੈਂਟਸ ਨੂੰ ਉੱਤੇ ਨੂੰ ਚੜ੍ਹਦੀ ਪਈ ਹੈ ਫਿਰ ਬੰਦਾ ਕਈ ਵਾਰ ਬਲੈਂਕ ਸਟੇਅਰ ਦਿੰਦਾ ਇੱਕ ਹੀ ਪਾਸੇ ਦੇਖਦਾ ਰਹਿੰਦਾ ਉਸ ਤੋਂ ਬਾਅਦ ਬੰਦੇ ਗੁੰਮ ਹੋ ਜਾਂਦਾ ਬੇਸੁੱਧ ਹੋ ਜਾਂਦਾ ਜੇ ਉਹਨੂੰ ਬੁਲਾਓ ਤੁਹਾਡੀ ਗੱਲ ਦਾ ਜਵਾਬ ਨਹੀਂ ਦੇਗਾ ਕੁਛ ਸੈਕਿੰਡਾਂ ਵਾਸਤੇ ਉਸ ਤੋਂ ਬਾਅਦ ਬੰਦੇ ਨੂੰ ਰੈਪੀਟੇਟਿਵ ਓਰਲ ਮੂਵਮੈਂਟਸ ਹੁੰਦੀ ਹੈ ਲਿਪ ਸਮੈਕਿੰਗ ਜਾਂ ਚੂਇੰਗ ਮੂਵਮੈਂਟਸ ਜਾਂ ਲਿਪ ਸਮੈਕਿੰਗ ਮੂਵਮੈਂਟ ਜਾਂ ਹੱਥਾਂ ਦੀ ਮੂਵਮੈਂਟਸ ਕਰਦਾ ਪੇਸ਼ੈਂਟ ਹੋਰ ਵੀ ਬੜੇ ਪ੍ਰਕਾਰ ਦੇ ਸੀਜ਼ਰਸ ਹੁੰਦੇ ਆ ਜਿਵੇਂ ਕਿ ਮਾਈਕਰੋਨਿਕ ਸੀਜ਼ਰ ਮਾਈਕਰੋਨਿਕ ਸੀਜ਼ਰ ਜਿਵੇਂ ਸਵੇਰੇ ਉੱਠਦੇ ਸਾਰੀ ਪੇਸ਼ੈਂਟ ਕਈ ਬੋਲਦੇ ਹੈਗੇ ਕਿ ਸਵੇਰੇ ਕੋਈ ਚਾਹ ਦਾ ਕੱਪ ਫੜਨ ਦਾ ਐਂ ਝਟਕੇ ਨਾਲ ਥੱਲੇ ਡਿੱਗ ਜਾਂਦਾ ਜਾਂ ਬੈਠੇ ਬੈਠੇ ਐਂ ਝਟਕਾ ਲੱਗਦਾ ਜਕਦਮ ਇੱਕਦਮ ਝਟਕਾ ਲੱਗਦਾ ਬਰੱਸ਼ ਕਰਦੇ ਕਰਦੇ ਐਂ ਹੋ ਜਾਂਦਾ ਹੋਰ ਸੀਜ਼ਰ ਟਾਈਪ ਹੈਗੇ ਐਬਸੈਂਸ ਸੀਜ਼ਰ ਜਿਵੇਂ ਕਿ ਨਾਮ ਦੱਸਿਆ ਗਿਆ ਐਬਸੈਂਸ ਬੰਦਾ ਕੁਛ ਦੇਰ ਲਈ ਗੁੰਮ ਹੋ ਜਾਂਦਾ ਹੈ ਬੱਚਿਆਂ ਵਿੱਚ ਯੂਜਲੀ ਹੁੰਦੀ ਹੈ ਅਬਰਪਟ ਹੁੰਦੀ ਹੈ ਜਕਦਮ ਹੁੰਦੀ ਹੈ ਕੁਛ ਸੈਕਿੰਡਾਂ ਵਾਸਤੇ ਬੰਦਾ ਗੁੰਮ ਹੋ ਜਾਂਦਾ ਹੈ ਦੈਨ ਏਟੋਨਿਕ ਸੀਜ਼ਰ ਮਤਲਬ ਏਟੋਨਿਕ ਸੀਜ਼ਰ ਪੂਰੇ ਸਰੀਰ ਨੂੰ ਵੀ ਸਦੀ ਜਿੰਨਾ ਬੰਦੇ ਦਾ ਡ੍ਰੋਪ ਟੈਕਸਟ ਦੇਖ ਸਕਦਾ ਪੂਰੇ ਦਾ ਪੂਰਾ ਪੇਸ਼ੈਂਟ ਜਾਂ ਕਈ ਵਾਰ ਕਿਸੇ ਇੱਕ ਸਰੀਰ ਨੂੰ ਹੁੰਦੀਆਂ ਜਿਵੇਂ ਨੈਕ ਡ੍ਰੋਪ ਹੋ ਗਿਆ ਜਕਦਮ ਐਂਜ ਸੋ ਇਹ ਇੱਕ ਸਰੀਰ ਦੇ ਕਿਸੇ ਪਾਰਟ ਨੂੰ ਵੀ ਹੋ ਸਕਦੀ ਹੈ ਪੂਰੇ ਸਰੀਰ ਵਿੱਚ ਵੀ ਹੋ ਸਕਦੀ ਹੈ
ਦੈਨ ਟੋਨਿਕ ਸੀਜ਼ਰ ਟੋਨਿਕ ਸੀਜ਼ਰ ਅਗੇਨ ਕੁਛ ਸੈਕਿੰਡਾਂ ਵਾਸਤੇ ਹੁੰਦੇ ਹੈਗੇ ਆ ਫਿਰ ਬੰਦਾ ਕੁਛ ਦੇਰ ਲਈ ਅਕੜਾ ਜਾਂਦਾ ਹੈ ਸੋ ਇਹ ਸੀ ਸੀਜ਼ਰ ਦੇ ਡਿਫਰੈਂਟ ਟਾਈਪ ਆਫ ਸੀਜ਼ਰ ਸੀਜ਼ਰ ਦੇ ਪ੍ਰਕਾਰ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦਾ ਵੀ ਸੀਜ਼ਰ ਪੈ ਸਕਦਾ ਹੈ ਫਿਰ ਆਪਣਾ ਨੈਕਸਟ ਕੁਸ਼ਚਨ ਆਉਂਦਾ ਹੈਗਾ ਬਹੁਤ ਹੀ ਇੰਪੋਰਟੈਂਟ ਕੁਸ਼ਚਨ ਹੈ ਜੋ ਸਾਰੇ ਲੋਕ ਪੁੱਛਦੇ ਆ ਕਿ ਡਾਕਟਰ ਸਾਹਿਬ ਦੌਰਾ ਇਹ ਪੰਦਾ ਕਿਉਂ ਹੈ ਦੌਰਾ ਕੀ ਕਾਰਨ ਹੈ ਦੌਰੇ ਪੈਣ ਦੇ ਦੌਰਿਆਂ ਦੇ ਕੀ ਕਾਰਨ ਹੋ ਸਕਦੇ ਹੈਗੇ ਸੋ ਸਭ ਤੋਂ ਪਹਿਲਾਂ ਜਾਂ ਦੌਰਿਆਂ ਦਾ ਕਾਰਨ ਅਸੀਂ ਲੈ ਕੇ ਚੱਲਦੇ ਹਾਂ ਜੈਨੇਟਿਕ ਐਪੀਲੈਪਸਿਸ ਕੁਛ ਜੀਨਸ ਇਹੋ ਜਿਹੀ ਹੁੰਦੀਆਂ ਜਿਹੜੇ ਬੰਦੇ ਨੂੰ ਪ੍ਰੀ ਡਿਸਪੋਜ਼ ਕਰਦੀਆਂ ਜਿਹਦੇ ਕਾਰਨ ਉਹਨੂੰ ਦੌਰੇ ਪੈਂਦੇ ਹੈ ਸੋ ਇਹਨੂੰ ਜੈਨੇਟਿਕ ਐਪੀਲੈਪਸਿਸ ਬੋਲਦੇ ਹੈਗੇ ਸੈਕਿੰਡ ਕਾਰਨ ਹੋ ਗਿਆ ਸਟਰਕਚਰਲ ਕਾਰਨ ਸਟਰਕਚਰਲ ਮਤਲਬ ਦਿਮਾਗ ਦੇ ਵਿੱਚ ਦੀ ਬਣਾਵਟ ਵਿੱਚ ਕੁਛ ਨਾ ਕੁਛ ਖਰਾਬੀ ਜਾਂ ਤਾਂ ਦਿਮਾਗ ਦੇ ਵਿੱਚ ਕੋਈ ਬ੍ਰੇਨ ਟਿਊਮਰ ਹੋਵੇ ਜਾਂ ਕੋਈ ਦਿਮਾਗ ਦਾ ਕੀੜਾ ਹੋਵੇ ਕੋਈ ਜਾਂ ਦਿਮਾਗ ਦੀ ਡਿਵੈਲਪਮੈਂਟ ਵਿੱਚ ਦਿਮਾਗ ਠੀਕ ਤਰ੍ਹਾਂ ਬਣਿਆ ਨਾ ਹੋਵੇ ਜਿਵੇਂ ਕੋਰਟੀਕਲ ਡਿਸਪਲੇਸੀਆ ਹੁੰਦੇ ਹੈਗੇ ਸੋ ਜਾਂ ਕੋਈ ਪੁਰਾਣੀ ਸੱਟ ਹੋਵੇ ਜਿਵੇਂ ਸਿਰ ਦੀ ਸੱਟ ਵੱਜੀ ਹੋਵੇ ਜਾਂ ਕਈ ਵਾਰ ਕੋਈ ਪੈਰਾਲਾਈਜ਼ ਦਾ ਅਟੈਕ ਆਉਂਦਾ ਉਸ ਤੋਂ ਬਾਅਦ ਦਾਗ ਦਿਮਾਗ ਚਲੇ ਜਾਂਦਾ ਸੋ ਇਹ ਜਿਹੜੇ ਕੋਜਿਜ਼ ਹੈ ਇਹਨੂੰ ਬੋਲਦੇ ਆ ਸਟਰਕਚਰਲ ਕੋਜਿਜ਼ ਆਫ ਐਪੀਲੈਪਸੀ ਸਟਰਕਚਰਲ ਕੋਜਿਜ਼ ਆਫ ਮਿਰਗੀ ਤੀਜਾ ਕਾਰਨ ਹੁੰਦਾ ਇਨਫੈਕਸ਼ਨਸ ਇਨਫੈਕਸ਼ਨਸ ਜਿਵੇਂ ਟਿਊਬਰਕਲੋਸਿਸ ਨਿਊਰੋਸਿਟਿਸਰਕੋਸਿਸ ਟੋਕਸੋਪਲਾਸਮੋਸਿਸ ਇਹ ਸਾਰੇ ਦੌਰਾ ਪਵਾ ਸਕਦੀਆਂ ਚੌਥਾ ਕਾਰਨ ਹੁੰਦਾ ਆਟੋਮਿਊਨ ਕਈ ਆਟੋਮਿਊਨ ਇਨਕੈਫਲਾਈਟਿਸ ਹੁੰਦੇ ਆ ਜਿਵੇਂ NMDA ਰਿਸੈਪਟਰ ਇਨਕੈਫਲਾਈਟਿਸ ਬਹੁਤ ਘੱਟ ਹੁੰਦਾ ਬਟ ਇਹ ਵੀ ਇਹਨਾਂ ਵਿੱਚ ਵੀ ਪੇਸ਼ੈਂਟ ਨੂੰ ਦੌਰੇ ਪੈਂਦੇ ਹੈਗੇ ਦੈਨ ਪੰਜਵਾਂ ਕਾਰਨ ਮੈਟਾਬੋਲਿਕ ਕੁਛ ਰੀਅਰ ਮੈਟਾਬੋਲਿਕ ਡਿਸਔਰਡਰਸ ਹੈਗੇ ਜਿਹਨਾਂ ਵਿੱਚ ਮੇਨ ਐਪੀਲੈਪਸੀ ਇੱਕ ਮੇਨ ਸਿਮਟਮ ਹੁੰਦਾ ਹੈਗਾ ਜਿਵੇਂ ਮਾਈਟੋਕੋਂਡਰੀਅਲ ਡਿਸਔਰਡਰਸ ਹੋ ਗਿਆ ਬੋਚਸ ਡਿਜ਼ੀਜ਼ ਹੋ ਗਈ ਠੀਕ ਹੈ ਦੈਨ ਛੇਵਾਂ ਕਾਰਨ ਹੁੰਦਾ ਅਨਆਇਡੈਂਟੀਫਾਈਡ ਅਬਾਊਟ 33% ਲੋਕਾਂ ਦਾ ਸਾਰੇ ਟੈਸਟ ਕਰਾਉਣ ਤੋਂ ਬਾਵਜੂਦ ਵੀ ਸਾਨੂੰ ਪਤਾ ਨਹੀਂ ਚੱਲਦਾ ਕਿ ਇਹਨਾਂ ਨੂੰ ਦੌਰਾ ਕਿਉਂ ਪੈ ਰਿਹਾ ਸੋ ਦੇ ਆਰ ਅਨਆਇਡੈਂਟੀਫਾਈਡ ਸਾਡੇ ਕੋਲ ਅੱਜ ਦੀ ਡੇਟ 'ਤੇ ਕੋਈ ਇੰਨੀ ਅੱਛੀ ਟੈਕਨੋਲੋਜੀ ਨਹੀਂ ਹੈਗੀ ਕਿ ਅਸੀਂ ਉਹਨਾਂ ਨੂੰ ਕਾਰਨ ਲੱਭ ਸਕੀਏ ਸੋ ਅਕਸਰ ਇਹ ਕੁਸ਼ਚਨ ਪੁੱਛਦੇ ਡਾਕਟਰ ਸਾਹਿਬ ਸਾਡਾ MRI ਨੋਰਮਲ ਹੈ EEG ਨੋਰਮਲ ਹੈ ਸਾਡੇ ਘਰ ਵਿੱਚ ਵੀ ਕਿਸੇ ਨੂੰ ਦੌਰੇ ਨਹੀਂ ਪੈਂਦੇ ਪਰ ਸਾਨੂੰ ਕੋਈ ਦੌਰੇ ਪਈ ਜਾਂਦੇ ਸੋ ਦੇ ਆਰ ਅਨਆਇਡੈਂਟੀਫਾਈਡ ਕੋਜਿਸ ਆਫ ਸੀਜ਼ਰਸ ਐਂਡ ਦੇ ਕੰਸਟੀਟਿਊਟਸ ਅਰਾਊਂਡ 30-33% ਆਫ ਆਲ ਐਪੀਲੈਪਸਿਸ ਸੋ ਉਸ ਤੋਂ ਬਾਅਦ ਇਹ ਸੀ ਦੌਰਿਆਂ ਦੇ ਕਾਰਨ ਉਸ ਤੋਂ ਬਾਅਦ ਲੋਕ ਕੁਸ਼ਚਨ ਪੁੱਛਦੇ ਆ ਕਿ ਡਾਕਟਰ ਸਾਹਿਬ ਆਪਣਾ ਜੇ ਦੌਰਾ ਪੈਂਦਾ ਹੋਵੇ ਤਾਂ ਬੰਦਾ ਕੀ ਕਰੇ ਜਾਂ ਤੁਹਾਡੇ ਸਾਹਮਣੇ ਕਿਸੇ ਨੂੰ ਦੌਰਾ ਪੈਂਦਾ ਹੋਵੇ ਤਾਂ ਉਹ ਬੰਦਾ ਤੁਹਾਨੂੰ ਕੀ ਕਰੇ ਸਭ ਤੋਂ ਪਹਿਲਾਂ ਹੈ ਕਿ ਅਸੀਂ ਜਿਹਨੂੰ ਬੰਦੇ ਨੂੰ ਦੌਰਾ ਪੈਂਦਾ ਅਸੀਂ ਉਹਨੂੰ ਸੱਟ ਲੱਗਣ ਤੋਂ ਬਚਾਉਣਾ ਹੈ ਉਹਨੂੰ ਲਟਾ ਦਿਉ ਸਿਰ ਦੇ ਥੱਲੇ ਸਿਰਹਾਣਾ ਰੱਖ ਦਿਉ ਉਹਨੂੰ ਪਾਸਾ ਦਵਾ ਦਿਉ ਤਾਂ ਕਿ ਉਹ ਟੰਗ ਫੌਲ ਨਾ ਹੋਏ ਉਹਦੇ ਸਾਹ ਦੀ ਦਿੱਕਤ ਨਾ ਆਵੇ ਉਹਨੂੰ ਮੂੰਹ ਦੇ ਵਿੱਚ ਜੋ ਕੁਛ ਨਹੀਂ ਪਾਉਣਾ ਮੂੰਹ ਦੇ ਵਿੱਚ ਚਮਚ ਆਪਣਾ ਹੱਥ ਜਾਂ ਜੁੱਤੀ ਇਹ ਬਿਲਕੁਲ ਚੀਜ਼ਾਂ ਨਹੀਂ ਸੰਭਾਲੀਆਂ ਦੌਰਾ ਇੱਕ ਐਪੀਸੋਡਿਕ ਇਵੈਂਟ ਹੈ ਜਿਹੜਾ ਆਪਣੇ ਆਪ ਹੀ 1-2 ਮਿੰਟਾਂ ਵਿੱਚ ਠੀਕ ਹੋ ਜਾਂਦਾ ਹੈ ਉਹ ਤੁਸੀਂ 1-2 ਮਿੰਟਾਂ 'ਚ ਇਹ ਦੇਖਣਾ ਕਿ ਮਰੀਜ਼ ਨੂੰ ਸੱਟ ਨਾ ਬਚੇ ਜੇ ਕੋਈ ਤਿੱਖੀ ਚੀਜ਼ ਆਸ ਪਾਸ ਪਈ ਹੈ ਉਹਨੂੰ ਵੀ ਦੂਰ ਰੱਖ ਦਿਉ ਆਪ ਤੁਸੀਂ ਉਹਨੂੰ ਜੇ ਸ਼ੇਕ ਵੀ ਕਰਦਾ ਪਿਆ ਉਹਨੂੰ ਜ਼ਿਆਦਾ ਰੋਕਣ ਦੀ ਕੋਸ਼ਿਸ਼ ਨਾ ਕਰੋ ਸੋ ਇਹ ਉਹ ਚੀਜ਼ਾਂ ਜਿਹੜੀ ਤੁਸੀਂ ਕਰਨੀਆਂ ਜਦੋਂ ਕਿਸੇ ਨੂੰ ਦੌਰਾ ਪਵੇ ਹਾਂ ਜੇ ਕਿਸੇ ਮਰੀਜ਼ ਨੂੰ ਦੌਰਾ 2 ਵਾਰ ਤੋਂ ਜ਼ਿਆਦਾ ਪਵੇ 2 ਮਿੰਟ ਤੋਂ ਜ਼ਿਆਦਾ ਲੰਬਾ ਚੱਲ ਪਵੇ ਜਾਂ ਉਹਨੂੰ 1 ਦੌਰਾ ਪੈ ਗਿਆ ਫਿਰ ਬੇਹੋਸ਼ ਰਿਹਾ ਫਿਰ ਦੂਜਾ ਦੌਰਾ ਫਿਰ ਨਾਲ ਦੀ ਨਾਲ ਪੈ ਗਿਆ ਫਿਰ ਇਹਦਾ ਮਤਲਬ ਉਹ ਇੱਕ ਕੰਡੀਸ਼ਨ ਹੁੰਦੀ ਸਟੇਟਸ ਐਪੀਲੈਪਟਿਕਸ ਉਸ ਕੰਡੀਸ਼ਨ ਵਿੱਚ ਚਲਾ ਗਿਆ ਜਿਹਨੂੰ ਕਿ ਐਮਰਜੈਂਸੀ ਬੋਲਦੇ ਹਾਂ ਇਹ ਐਮਰਜੈਂਸੀ ਕੰਡੀਸ਼ਨ ਹੈ ਇਸ ਵਿੱਚ ਪੇਸ਼ੈਂਟ ਨੂੰ ਫਟਾਫਟ ਡਾਕਟਰ ਦੇ ਕੋਲ ਲੈ ਜਾਓ ਅਤੇ ਜੇ ਤੁਹਾਡੇ ਕੋਲ ਮੀਡਾਜ਼ੋਲਮ ਦਾ ਸਪਰੇਅ ਹੈਗਾ ਤਾਂ ਨੱਕ ਵਿੱਚ ਪਾ ਦਿਉ ਜਿਹੜੀ ਕਿ ਡੋਜ਼ ਵੇਟ ਦੇ ਹਿਸਾਬ ਨਾਲ ਹੁੰਦੀ ਹੈ ਅਦਰਵਾਈਜ਼ ਦੌਰਾ 1-2 ਮਿੰਟ 'ਚ ਆਪਣੇ ਆਪ ਹੀ ਠੀਕ ਹੋ ਜਾਣਾ ਹੁੰਦਾ ਹੈ ਨੈਕਸਟ ਕੁਸ਼ਚਨ ਆਉਂਦਾ ਹੈ ਅਕਸਰ ਹੀ ਲੋਕ ਪੁੱਛਦੇ ਹੈਗੇ ਕਿ ਡਾਕਟਰ ਸਾਹਿਬ ਇਹ ਦੌਰੇ ਵਾਲਾ ਮਰੀਜ਼ ਹੈਗਾ ਇਹਨੂੰ ਕੋਈ ਉੱਪਰੀ ਛਾਵਾਂ ਜਾਂ ਮਿਤ ਸਿਰੇ ਹੈਗੇ ਆ ਕੋਈ ਭੂਤ ਪ੍ਰੇਤ ਨਹੀਂ ਦੇਖੋ ਜਿਹੜੀ ਇਹ ਐਪੀਲੈਪਸੀ ਹੈ ਇਹ ਇੱਕ ਪਿਓਰ ਨਿਊਰੋਲੋਜੀਕਲ ਡਿਸਔਰਡਰ ਹੈ ਇਹ ਕੋਈ ਮਾਨਸਿਕ ਰੋਗ ਨਹੀਂ ਹੈ ਇਹ ਕੋਈ ਭੂਤ ਪ੍ਰੇਤਾਂ ਦੀ ਬਿਮਾਰੀ ਨਹੀਂ ਹੈ ਇਹ ਕੋਈ ਉੱਪਰੀ ਛਾਵ ਨਹੀਂ ਹੈ ਇਸਦਾ ਪੂਰਾ ਇਲਾਜ ਸੰਭਵ ਹੈ ਔਰ ਕਈ ਲੋਕ ਇਹ ਵੀ ਪੁੱਛਦੇ ਆ ਕਿ ਡਾਕਟਰ ਸਾਹਿਬ ਇੱਕ ਹੋਰ ਮਿਥ ਹੈਗਾ ਕਿ ਇਹਨਾਂ ਜੂਠਾ ਖਾ ਸਕਦੇ ਹਾਂ ਮੈਨੂੰ ਕੱਲ੍ਹ ਹੀ ਕੋਈ ਪੁੱਛਦਾ ਪਿਆ ਸੀ ਬਿਲ ਇਹ ਇੰਜਨੀ ਫੈਲਦੀ ਇਹ ਸਾਹ ਇੱਕ ਦੂਜੇ ਦੇ ਸਾਹ ਨਾਲ ਖਾਣ ਪੀਣ ਨਾਲ ਇਕੱਠੇ ਖਾਣ ਪੀਣ ਨਾਲ ਇਹ ਬਿਮਾਰੀ ਇੰਜ ਨਹੀਂ ਫੈਲਦੀ ਦੈਨ ਨੈਕਸਟ ਹੈ ਕਿ ਜੇ ਕਿਸੇ ਨੂੰ ਸਾਨੂੰ ਪਤਾ ਚੱਲ ਜਾਏ ਕਿ ਐਪੀਲੈਪਸੀ ਹੈਗੀ ਹੈ ਤਾਂ ਦੈਨ ਕਿਵੇਂ ਅਸੀਂ ਉਹਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਸਾਨੂੰ ਸੋ ਇਨਵੈਸਟੀਗੇਟ ਕਿਵੇਂ ਕਰੀਏ ਪੇਸ਼ੈਂਟਸ ਨੂੰ ਸਭ ਤੋਂ ਪਹਿਲੇ ਤਾਂ ਪੇਸ਼ੈਂਟ ਨੂੰ ਜਾਂ ਪੇਸ਼ੈਂਟ ਜਿੰਨੇ ਪੇਸ਼ੈਂਟ ਨੇ ਦੌਰਾ ਦੇਖਿਆ ਬਾਇਸਟੈਂਡਰ ਨੇ ਉਹਨੂੰ ਪੁੱਛੋ ਪੇਸ਼ੈਂਟ ਦੌਰਾ ਕਿਸ ਪ੍ਰਕਾਰ ਦਾ ਬੰਦਾ ਹੈ ਇਹ ਜਨਰਲਾਈਜ਼ ਸੀਜ਼ਰ ਹੈ ਫੋਕਲ ਸੀਜ਼ਰ ਹੈ ਮਾਈਕ੍ਰੋਨਿਕ ਸੀਜ਼ਰ ਹੈ ਕਿਸ ਤਰ੍ਹਾਂ ਦਾ ਦੌਰਾ ਹੈ ਕਿਉਂਕਿ ਉਸ ਨੂੰ ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਪੇਸ਼ੈਂਟ ਨੂੰ ਕਿਸ ਤਰ੍ਹਾਂ ਦੀ ਐਪੀਲੈਪਸੀ ਔਰ ਹਰ ਤਰ੍ਹਾਂ ਦੀ ਐਪੀਲੈਪਸੀ ਦੀ ਅਲੱਗ ਅਲੱਗ ਦਵਾਈ ਹੈਗੀ ਅੱਜ ਕੱਲ੍ਹ ਹਰ ਬੰਦੇ ਕੋਲ ਵੀਡੀਓ ਰਿਕਾਰਡ ਮੋਬਾਈਲ ਕੈਮਰੇਜ਼ ਹੈ ਜੋ ਵੀਡੀਓ ਰਿਕਾਰਡਿੰਗ ਬੰਦਾ ਕਰ ਸਕਦਾ ਹੈ ਸਾਨੂੰ ਪਤਾ ਚੱਲ ਸਕਦਾ ਕਿ ਪੇਸ਼ੈਂਟ ਨੂੰ ਕਿਸ ਤਰ੍ਹਾਂ ਸੀਜ਼ਰ ਪੈਂਦਾ ਹੈ ਦੂਜਾ EEG ਕਰਕੇ
ਜਿੰਨੀ ਲੰਬੀ ਡਿਊਰੇਸ਼ਨ ਦੀ ਈਜੀ ਕਰਾਂਗੇ ਉਨਾ ਹੀ ਚਾਂਸਿਸ ਸੈਂਸਿਟੀਵਿਟੀ ਈਜੀ ਦੇ ਬਿਮਾਰੀ ਲੱਭਣ ਦੇ ਜ਼ਿਆਦਾ ਹੁੰਦੇ। ਐਂਡ ਤੀਜਾ ਹੈ ਪ੍ਰੋਪਰ ਅੱਛੇ ਵਾਲਾ ਐਮ ਆਰ ਆਈ 3 ਟੈਸਟ ਵਾਲਾ ਐਮ ਆਰ ਆਈ ਬ੍ਰੇਨ ਵਿਦ ਐਪੀਲੈਪਸੀ ਪ੍ਰੋਟੋਕੋਲ ਦੇ ਵਿੱਚ ਦੇਖਣ ਸਟਰਕਚਰਲ ਕਾਰਨ ਲੱਭਣ ਵਾਸਤੇ, ਕਿਉਂਕਿ ਸਟਰਕਚਰਲ ਐਜਾ ਕਾਰਨ ਤਾਂ ਨਹੀਂ ਜਿਸ ਕਾਰਨ ਮਰੀਜ਼ ਨੂੰ ਵਾਰ ਵਾਰ ਦੌਰੇ ਪੈਂਦੇ ਆ। ਸੋ ਇਨਵੈਸਟੀਗੇਸ਼ਨ ਲਈ ਮੋਸਟਲੀ ਤਿੰਨ ਪੇਸ਼ੈਂਟ ਦੇ ਤਿੰਨ ਚੀਜ਼ਾਂ ਯੂਜ ਹੁੰਦੀਆਂ, ਪੇਸ਼ੈਂਟ ਦੀ ਸਿਮਿਓਲੋਜੀ ਮਤਲਬ ਕਿਸ ਤਰ੍ਹਾਂ ਦੌਰਾ ਪੈਂਦਾ, ਈ ਜੀ, ਐਮ ਆਰ ਆਈ, ਔਰ ਕਈ ਵਾਰ ਮੈਟਾਬੋਲਿਕ ਕੁਛ ਪੈਰਾਮੀਟਰਸ ਚੈੱਕ ਨਾਲ ਕਰਦੇ ਹਾਂ ਜੇ ਸਾਨੂੰ ਕੋਈ ਮੈਟਾਬੋਲਿਕ ਡਿਸਆਰਡਰ ਸਸਪੈਕਟ ਕਰੀਏ। ਫਿਰ ਅਗਲਾ ਕੁਐਸਚਨ ਆਉਂਦਾ ਹੈ, ਡਾਕਟਰ ਸਾਹਿਬ ਕਿ ਇਹ ਮਰੀਜ਼ ਠੀਕ ਹੋ ਜਾਂਦੇ ਆ? ਬਿਲਕੁਲ, ਦੌਰਿਆਂ ਦਾ ਬੜਾ ਅੱਛਾ ਇਲਾਜ ਹੈ। ਅਰਾਊਂਡ 75 ਤੋਂ ਲੈ ਕੇ 80% ਪੇਸ਼ੈਂਟਸ ਜਿਹੜੇ ਹੈਗੇ ਆ ਮੈਡੀਸਿਨਸ ਨਾਲ ਹੀ ਠੀਕ ਹੋ ਜਾਂਦੇ ਹੈਗੇ। ਸਿਰਫ 15 ਤੋਂ ਲੈ ਕੇ 20% ਲੋਕਾਂ ਨੂੰ ਮੈਡੀਕਲੀ ਰਿਜ਼ਿਸਟੈਂਟ ਐਪੀਲੈਪਸਿਸ ਹੁੰਦੀ ਹੈ। ਉਹਨਾਂ ਪੇਸ਼ੈਂਟਸ ਵਿੱਚ ਸਾਨੂੰ ਕਈ ਵਾਰ ਸਰਜੀਕਲ ਆਪਸ਼ਨਸ ਵੀ ਦੇਖਣੀਆਂ ਪੈਂਦੀਆਂ। ਵੀਡੀਓ ਈਜੀ ਕਰਕੇ ਦੇਖਦੇ ਹਾਂ ਕਿੱਥੋਂ ਦੌਰਾ ਪੈਂਦਾ ਪਿਆ, ਉਸ ਏਜ ਨੂੰ ਸਰਜੀਕਲ ਰਿਸੈਕਸ਼ਨ ਕਰ ਦਈਏ ਜੇ ਪੋਸੀਬਲ ਹੋਏ ਤਾਂ। ਜਾਂ ਹੋਰ ਵੀ ਇੱਕ ਦੋ ਚੀਜ਼ਾਂ ਹੈਗੀਆਂ ਕਿ ਦੂਜੇ ਨੇ ਡਾਇਟ ਵੇਗਸ ਨਾਲ ਸਟਿਮੂਲੇਸ਼ਨ ਇਹ ਕਰ ਸਕਦੇ, ਪਰ ਜ਼ਿਆਦਾਤਰ ਲੋਕਾਂ ਨੂੰ ਦੌਰੇ ਦਵਾਈਆਂ ਨਾਲ ਹੀ ਠੀਕ ਹੋ ਜਾਂਦੇ ਆ। ਜੇ ਪੇਸ਼ੈਂਟ ਪ੍ਰੋਪਰ ਕਿਸੇ ਨਿਊਰੋਲੋਜਿਸਟ ਕੋਲ ਜਾਵੇ ਔਰ ਉਹਨੂੰ ਸਹੀ ਤਰ੍ਹਾਂ ਦੀ ਮਿਰਗੀ ਨੂੰ ਡਾਇਗਨੋਸ ਕਰੇ ਤਾਂ ਉਹ ਪੇਸ਼ੈਂਟ 70-80% ਚਾਂਸ ਹੈ ਪੇਸ਼ੈਂਟ ਠੀਕ ਹੋ ਜਾਂਦਾ। ਅਗਲਾ ਕੁਐਸਚਨ ਹੈ, ਜਿਹੜਾ ਹਮੇਸ਼ਾ ਹੀ ਲੋਕ ਮੇਰੇ ਕੋਲ ਪੁੱਛਦੇ ਹੈਗੇ ਆ ਕਿ ਡਾਕਟਰ ਸਾਹਿਬ ਸਾਡਾ ਕੋਰਸ ਕਿੰਨਾ ਹੈਗਾ, ਕਿੰਨੀ ਦੇਰ ਦਵਾਈ ਖਾਣੀ ਪਏਗੀ, ਕੀ ਹੈ ਇਹ? ਬਹੁਤ ਲੋਕ ਕੁਐਸਚਨ ਪੁੱਛਦੇ ਹੈਗੇ ਆ, ਔਰ ਇਹ ਮੈਂ ਦੱਸਣਾ ਚਾਹੁੰਦਾ ਕਿ ਕੋਈ ਫਿਕਸ ਕੋਰਸ ਨਹੀਂ ਹੁੰਦਾ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਤੁਹਾਨੂੰ ਦਵਾਈ ਕਿੰਨੀ ਦੇਰ ਖਾਣੀ ਪੈਣੀ ਹੈ, ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਜਿਹੜੀ ਹੈਗੀ ਹੈ ਮਿਰਗੀ ਕਿਸ ਪ੍ਰਕਾਰ ਦੀ। ਕਈ ਮਿਰਗੀਆਂ ਦੇ ਵਿੱਚ ਦਵਾਈ ਸਿਰਫ ਅਸੀਂ 2 ਸਾਲ ਜਾਂ 3 ਸਾਲ ਖਵਾਉਂਦੇ ਹਾਂ, ਕਈਆਂ ਦੇ ਵਿੱਚ ਲਾਈਫ ਲੌਂਗ ਦਵਾਈ ਖਾਣੀ ਪੈਂਦੀ ਹੈ, ਜਿਵੇਂ ਜੁਵਲਾਈ ਮਾਇਓਕ੍ਰੋਨਿਕ ਐਪੀਲੈਪਸੀ ਹੈ, ਉਹਦੇ ਵਿੱਚ ਲਾਈਫ ਲੌਂਗ ਦਵਾਈ ਖਾਣੀ ਪੈਂਦੀ ਹੈ। ਕੋਈ ਜਿਵੇਂ ਜੇ ਕੋਈ ਚਾਈਲਡਹੁੱਡ ਐਪਸਸ ਐਪੀਲੈਪਸੀ ਹੈ, ਇਹ ਯੂਜਲੀ ਏਜ ਰਿਲੇਟਡ ਐਪੀਲੈਪਸੀ ਹੁੰਦੀ ਹੈ, ਇਹਨਾਂ ਅੱਛਾ ਪ੍ਰੋਗਨੋਸਿਸ ਹੈ, ਇਹਦੇ ਵਿੱਚ ਮੈਡੀਸਨ 2-3 ਸਾਲ ਹੀ ਖਾਣੀ ਪੈਂਦੀ ਹੈਗੀ ਆ। ਸੋ ਔਰ ਜਿਵੇਂ ਨੀਰੋਸਿਟੀਸਰਕੋਸਿਸ ਹੈ, 1 ਸਾਲ ਦਵਾਈ ਖਾ ਕੇ ਕਈ ਲੋਕਾਂ ਦਾ ਗੋਲੀ ਬੰਦ ਹੋ ਜਾਂਦੀ ਹੈ। ਸੋ ਇਹ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਮਿਰਗੀ ਹੈ, ਕਿਸ ਤਰ੍ਹਾਂ ਦੀ ਐਪੀਲੈਪਸੀ ਹੈ, ਉਸ ਹਿਸਾਬ ਨਾਲ ਡਿਸਾਈਡ ਹੁੰਦਾ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਦਵਾਈ ਚਾਹੀਦੀ ਹੈ ਔਰ ਕਿੰਨੇ ਸਾਲ ਚਾਹੀਦੀ ਹੈ। ਕਈਆਂ ਨੂੰ ਸਾਰੀ ਜ਼ਿੰਦਗੀ ਚਾਹੀਦੀ ਹੈ ਅਤੇ ਕਈਆਂ ਨੂੰ ਕੁਛ ਦੇਰ ਲਈ ਚਾਹੀਦੀ ਹੈ, ਸਾਲ ਲਈ, 2 ਸਾਲ ਲਈ, 3 ਸਾਲ ਲਈ, ਇਹ ਕੋਈ ਫਿਕਸ ਨਹੀਂ ਹੈ, ਪਰਸਨ ਟੂ ਪਰਸਨ ਡਿਫਰ ਕਰਦਾ ਹੈ। ਅਗਲਾ ਕੁਐਸਚਨ ਹਮੇਸ਼ਾ ਹੀ ਲੋਕ ਪੁੱਛਦੇ ਹੈਗੇ ਕਿ ਡਾਕਟਰ ਸਾਹਿਬ ਕੀ ਪਰਹੇਜ਼ ਕਰੀਏ? ਦੇਖੋ, ਸਭ ਤੋਂ ਪਹਿਲਾਂ ਪਰਹੇਜ਼ ਇਹ ਹੈਗਾ ਕਿ ਤੁਸੀਂ ਸੀਜ਼ਰ ਦੇ ਪ੍ਰੈਸੀਡੈਂਟਸ ਨੂੰ ਅਵੋਇਡ ਕਰੋ, ਜਿਵੇਂ ਸਟ੍ਰੈਸ ਲੈਣ ਨਾਲ, ਤਣਾਅ ਲੈਣ ਨਾਲ, ਘੱਟ ਸੌਣ ਨਾਲ, ਸ਼ਰਾਬ ਪੀਣ ਨਾਲ, ਫਟੀਗ ਨਾਲ ਦੌਰੇ ਪੈਣ ਦੇ ਚਾਂਸਿਸ ਵੱਧ ਜਾਂਦੇ ਆ। ਸੋ ਇਹਨਾਂ ਚੀਜ਼ਾਂ ਤੋਂ ਅਵੋਇਡ ਕਰੋ। ਤੁਹਾਡੀ ਸਲੀਪ ਹੈਬਿਟਸ ਬੜੀ ਰੈਗੂਲਰ ਹੋਣੀ ਚਾਹੀਦੀ, ਫਲੈਸ਼ਿੰਗ ਲਾਈਟਾਂ ਤੋਂ ਬਚੋ, ਪ੍ਰੋਪਰ ਕੰਪਲਾਇੰਸ ਕਰੋ ਦਵਾਈਆਂ ਨਾਲ, ਦਵਾਈਆਂ ਪ੍ਰੋਪਰ ਠੀਕ ਟਾਈਮ 'ਤੇ ਖਾਓ ਸਵੇਰੇ ਸ਼ਾਮ, ਜਿਵੇਂ ਵੀ ਕਿਸੇ ਡਾਕਟਰ ਨੇ ਪ੍ਰਿਸਕ੍ਰਾਈਬ ਕੀਤੀ ਹੋਈ ਹੈ। ਦਵਾਈ ਨੂੰ ਮਿਸ ਨਹੀਂ ਕਰਨਾ, ਇੰਝ ਨਹੀਂ ਕਿ ਅੱਜ ਇੱਕ ਦਿਨ ਦਵਾਈ ਖਾ ਲਈ, ਇੱਕ ਦਿਨ ਕੱਲ੍ਹ ਖਾ ਲਈ। ਹੋਰ ਅਕਸਰ ਹੀ ਲੋਕ ਪੁੱਛਦੇ ਆ ਕਿ ਹੋਰ ਕੋਈ ਪ੍ਰੀਕੋਸ਼ਨ ਸਪੈਸ਼ਲੀ? ਹਾਂ, ਦੇਖੋ, ਜਿਹੜੇ ਜਿਹੜੇ ਪੇਸ਼ੈਂਟ ਨੂੰ ਦੌਰੇ ਪਈ ਜਾਂਦੇ ਪਏ ਆ, ਜਿਹੜੇ ਪੇਸ਼ੈਂਟਸ ਦੇ ਦੌਰੇ ਕੰਟਰੋਲ ਨਹੀਂ ਹੈ, ਉਹਨਾਂ ਲੋਕਾਂ ਨੂੰ ਡਰਾਈਵਿੰਗ, ਸਵਿਮਿੰਗ, ਕਾਈਟ ਫਲਾਇੰਗ, ਕੋਈ ਹੈਵੀ ਮਸ਼ੀਨਰੀ ਵਰਕ, ਇਹ ਨਹੀਂ ਕਰਨਾ ਚਾਹੀਦਾ। ਕੋਈ ਵੀ ਡੇਂਜਰਸ ਐਕਟੀਵਿਟੀ ਨਹੀਂ ਕਰਨੀ ਚਾਹੀਦੀ ਜੇ ਜਿਹੜੇ ਪੇਸ਼ੈਂਟ ਦੇ ਸੀਜ਼ਰਸ ਕੰਟਰੋਲ ਨਹੀਂ ਹੈ। ਸੋ ਇਹ ਸਾਰੀ ਐਪੀਲੈਪਸੀ ਦੀ ਜਾਂ ਮਿਰਗੀ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈਗੀ ਸਾਰੀ। ਜਾਣ ਵਾਲੇ ਮੈਂ ਸਿਰਫ 3 ਚੀਜ਼ਾਂ ਨੂੰ ਮੇਨ ਐਮਫੋਸਾਈਜ਼ ਕਰਾਂਗਾ, ਜਿਹੜੀਆਂ ਟੇਕ ਹੋਮ ਮੈਸੇਜਿਸ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਐਪੀਲੈਪਸੀ ਦਾ ਇਜ਼ ਏ ਨਿਊਰੋਲੋਜੀਕਲ ਡਿਸਆਰਡਰ, ਇਹ ਕੋਈ ਉਪਰੀ ਸ਼ਾਂ ਜਾਂ ਭੂਤ ਪ੍ਰੇਤ ਦੀ ਬਿਮਾਰੀ ਨਹੀਂ ਹੈ। ਦੂਜਾ, ਇਹਦਾ ਇਲਾਜ ਸੰਭਵ ਹੈ, ਇਹ ਦਵਾਈਆਂ ਨਾਲ ਹੀ ਮੋਸਟ ਆਫ ਦਾ ਪੇਸ਼ੈਂਟ ਠੀਕ ਹੋ ਜਾਂਦੇ ਆ। ਤੀਜਾ ਇਹ ਹੈ ਕਿ ਜਦੋਂ ਕਿਸੇ ਨੂੰ ਦੌਰਾ ਪੈਂਦਾ ਹੋਇਆ, ਉਹਨੂੰ ਸੱਟ ਲੱਗਣ ਤੋਂ ਬਚਾਓ, ਨਾ ਕਿ ਉਹਦੇ ਮੂੰਹ ਦੇ ਵਿੱਚ ਚਮਚ ਜਾਂ ਉਹਨੂੰ ਜੁੱਤੀ ਸੁੰਘਾਓ। ਸ਼ੁਕਰੀਆ, ਸਤਿ ਸ਼੍ਰੀ ਅਕਾਲ, ਧੰਨਵਾਦ। ਹੁਣ ਅਸੀਂ ਅਗਲੇ ਲੈਕਚਰ, ਜੋ ਕਿ ਅਸੀਂ ਸਟ੍ਰੋਕ ਬਾਰੇ, ਜਿਹਨੂੰ ਕਿ ਅਸੀਂ ਪੈਰਾਲਾਈਜ਼ਰ ਅਟੈਕ ਬੋਲਦੇ ਹਾਂ, ਉਸਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਸਤਿ ਸ਼੍ਰੀ ਅਕਾਲ।